ਕੰਪਨੀ ਵਾਲੇ ਸੂਟ ਆ ਗਏ ਦੇਖੋ ਲਓ ਜੀ ਬਹੁਤ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂ ਕੋਟ ਪੈਂਟ ਦੇਖ ਸਕਦੇ ਹੋ ਤੁਸੀਂ ਕੋਟ ਪੈਂਟ ਤੁਹਾਨੂੰ ਲਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦਾ ਚੌੜਾ ਬਾਜ਼ਾਰ ਅਤੇ ਇਹਨੂੰ ਲੁਧਿਆਣੇ ਦਾ ਚੌੜਾ ਬਾਜ਼ਾਰ ਵੀ ਕਿਹਾ ਜਾਂਦਾ ਹੈ ਅਤੇ ਘੰਟਾਘਰ ਮਾਰਕੀਟ ਵੀ ਕਹਿ ਜਾਂਦੇ ਨੇ ਅਤੇ ਬਹੁਤ ਕੱਪੜਾ ਇਸ ਮਾਰਕੀਟ ਦੇ ਵਿੱਚ ਸਸਤੇ ਰੇਟਾਂ 'ਤੇ ਲੇਡੀਜ਼ ਜੈਂਟਸ ਹਰੇਕ ਤਰੀਕੇ ਦਾ ਕੱਪੜਾ ਇੱਥੋਂ ਮਿਲ ਜਾਂਦਾ ਸੋ ਚੱਲਦੇ ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੇ ਹੋ ਸਾਰੀ ਮਾਰਕੀਟ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਸਾਰੀ ਇਹ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਲੁਧਿਆਣੇ ਦੇ ਚੌੜਾ ਬਾਜ਼ਾਰ ਸ਼ੁਰੂ ਹੋ ਜਾਂਦਾ ਅਤੇ ਘੰਟਾਘਰ ਮਾਰਕੀਟ ਵੀ ਕਹਿ ਜਾਂਦੇ ਨੇ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਕੱਪੜੇ ਪਏ ਨੇ ਪੈਂਟਾਂ ਟੀ ਸ਼ਰਟਾਂ ਲੋਅਰਾਂ ਹੈ ਨਾ ਇਸ ਤਰੀਕੇ ਦਾ ਸਾਰਾ ਕੱਪੜਾ ਇਸ ਸੇਲ ਦੇ ਵਿੱਚ ਮਿਲਦਾ 250-250 ਰੁਪਇਆ ਰੇਟ ਜਿਹੜਾ ਇੱਥੇ ਲਾਇਆ ਹੋਇਆ ਲਹਿੰਗੇ ਵੀ ਪਏ ਨੇ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚੋਂ ਮਿਲ ਜੂ ਅਤੇ ਬਹੁਤ ਮਸ਼ਹੂਰ ਮਾਰਕੀਟ ਹੈ ਇਹ ਕੱਪੜੇ ਨੂੰ ਲੈ ਕੇ ਦੋਨੋਂ ਸਾਈਡ ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਸਾਰੀ ਮਾਰਕੀਟ ਆਪਾਂ ਦਿਖਾਉਂਦੇ ਹਾਂ ਆਹ ਜੁੱਤੀਆਂ 'ਤੇ 100-100 ਰੁਪਈਏ 200-200 ਰੁਪਈਏ ਰੇਟ ਆ ਜਿਹੜਾ ਲਾਇਆ ਹੋਇਆ ਇੰਨਾ ਗ੍ਰੇਟ ਹੈ ਸਾਰੀ ਮਾਰਕੀਟ ਦੇ ਵਿੱਚ ਕੱਪੜਿਆਂ ਦਾ ਵੀ ਜੁੱਤੀਆਂ ਦਾ ਵੀ 100-200 ਰੁਪਈਏ ਦੀਆਂ ਲੋਅਰਾਂ ਟੀ ਸ਼ਰਟਾਂ ਹੈ ਨਾ ਐਵੇਂ ਦਾ ਸਾਰਾ ਕੱਪੜਾ ਇਸ ਮਾਰਕੀਟ ਦੇ ਵਿੱਚੋਂ ਤੁਹਾਨੂੰ ਮਿਲ ਜੂਗਾ ਆਹ ਦੇਖ ਸਕਦੇ ਹੋ ਇੱਥੇ ਕੱਪੜੇ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਨੇ ਕੱਪੜੇ ਬਾਹਰ ਡਿਸਪਲੇ ਕੀਤੇ ਹੋਏ ਨੇ ਲਓ ਜੀ ਅਟੈਚੀਆਂ ਵਾਲੀਆਂ ਦੁਕਾਨਾਂ ਆ ਗਈਆਂ ਹੈ ਨਾ ਹਰੇਕ ਤਰੀਕੇ ਦੀਆਂ ਇੱਥੇ ਦੁਕਾਨਾਂ ਨੇ ਕੀ ਪ੍ਰਾਈਜ਼ ਹੈ ਜੀ ਅੱਛਾ 1700-1800 ਦੀਆਂ ਅਟੈਚੀਆਂ ਦੇਖ ਸਕਦੇ ਹੋ ਆਹ 200-200 ਰੁਪਏ ਦੀਆਂ ਸ਼ਰਟਾਂ ਆ ਗਈਆਂ ਇੱਥੇ 200-200 ਦੀਆਂ ਲੋਅਰਾਂ ਗਰਮੀ ਵਾਲੇ ਕੱਪੜਿਆਂ ਦੀ ਸਾਰੀ ਸੇਲ ਆ ਜਿਹੜੀ ਇਹ ਮਾਰਕੀਟ ਦੇ ਵਿੱਚ ਹੁਣ ਲੱਗੀ ਹੋਈ ਹੈ ਵੱਡਿਆਂ ਦੇ ਛੋਟਿਆਂ ਦੇ ਹੈ ਨਾ ਹਰੇਕ ਉਮਰ ਦੇ ਵਾਸਤੇ ਇੱਥੇ ਕੱਪੜੇ ਜਿਹੜੇ ਮਿਲ ਜਾਂਦੇ ਨੇ ਆ ਬਾਕੀ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਜੁੱਤੀਆਂ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਅਤੇ ਲੋਅਰਾਂ ਦਾ ਜਿਵੇਂ ਆਪਾਂ ਤੁਹਾਨੂੰ ਪਿੱਛੇ ਪ੍ਰਾਈਜ਼ ਦਿਖਾਇਆ ਸੀਗਾ 250-200 ਰੁਪਈਏ 200 ਰੁਪਈਏ ਹੈ ਨਾ ਉਸੇ ਤਰ੍ਹਾਂ ਹਰੇਕ ਕੱਪੜਾ ਆ ਇੰਨੇ ਗ੍ਰੇਡ ਵਾਲਾ ਹੀ ਹੈ ਇੱਥੇ ਆਹ ਦੇਖ ਸਕਦੇ ਹੋ ਲੋਅਰਾਂ ਦੇਖ ਸਕਦੇ ਹੋ ਜਿੱਥੇ ਪਈਆਂ ਹੈ ਨਾ ਆਹ ਸੂਟ ਆ ਕੁੜੀਆਂ ਵਾਲੇ ਸੂਟ ਆ ਗਏ ਦੇਖੋ ਲਓ ਜੀ ਬਹੁਤ ਸਾਰਾ ਕੱਪੜਾ ਇਹ ਮਾਰਕੀਟ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਜੂ ਕੋਟ ਪੈਂਟ ਬਾਈ ਹੁਣੀ ਬੋਲ ਰਹੇ ਨੇ 1500-1500 ਰੁਪਈਆਂ ਦੇ ਕੋਟ ਪੈਂਟ ਸ਼ੇਰਵਾਨੀਆਂ ਲਹਿੰਗੇ ਐਵੇਂ ਦਾ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਆਹ ਸੂਟ ਦੇਖ ਸਕਦੇ ਹੋ ਫਰਾਕ ਸੂਟ ਆ ਲਓ ਜੀ ਆਹ ਫੁਲਕਾਰੀਆਂ ਆ ਗਈਆਂ ਹੋਲਸੇਲ ਦੀਆਂ ਦੁਕਾਨਾਂ ਨੇ ਇਹ ਐਨਕਾਂ ਵਗੈਰਾ ਐਵੇਂ ਦਾ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਆਹ 200-200 ਰੁਪਏ ਦੀਆਂ ਪੈਂਟਾਂ ਦੇਖ ਸਕਦੇ ਹੋ ਤੁਸੀਂ ਲਓ ਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਪੈਂਟਾਂ ਟੀ ਸ਼ਰਟਾਂ ਵਾਲੀਆਂ ਕੱਪੜੇ ਤੁਸੀਂ ਦੇਖ ਸਕਦੇ ਹੋ ਬਾਹਰ ਲਾਏ ਹੋਏ ਨੇ 350-350-200-200 ਰੁਪਈਆ ਰੇਟ ਹੈ ਸਾਰਿਆਂ ਦਾ ਆਹ ਸੂਟ ਦੇਖ ਸਕਦੇ ਹੋ ਤੁਸੀਂ ਬਾਹਰ 350-350 ਰੁਪਈਆ ਪ੍ਰਾਈਜ਼ ਆਹ ਜੁੱਤੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਪਈਆਂ ਲਓ ਜੀ ਆਹ ਕੱਪੜੇ ਲਾਏ ਹੋਏ ਨੇ ਬਾਹਰ ਲੈ ਦੋਨੋਂ ਸਾਈਡ ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਨੇ ਅਤੇ ਦੂਸਰੀ ਸਾਈਡ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਕ ਪਾਸਾ ਕਵਰ ਕਰ ਲਈਏ ਫਿਰ ਦੂਸਰੀ ਸਾਈਡ ਚੱਲਾਂਗੇ ਆਹ ਸਿਰਹਾਣੇ ਵਾਲੀਆਂ ਦੁਕਾਨਾਂ ਤੌਲੀ ਵਾਲੀਆਂ ਦੁਕਾਨਾਂ ਹੈ ਨਾ ਆਹ ਸੂਟ ਦੇਖ ਸਕਦੇ ਹੋ ਕੁੜੀਆਂ ਵਾਲੇ 100-100 ਰੁਪਈਏ ਜੇ ਪਜਾਮੇ ਫਰਾਕ ਸੂਟ ਐਵੇਂ ਦਾ ਸਾਰਾ ਸਮਾਨ ਹੈ ਮਾਰਕੀਟ ਦੇ ਵਿੱਚ ਲਓ ਜੀ ਲਓ ਆ ਬਾਈ ਕਹਿੰਦੇ ਸਾਡੀ ਵੀ ਬਣਾਓ ਦਿਖਾ ਤਾ ਬਾਈ ਦਿਖਾ ਤਾ ਹਾਂਜੀ
ਠੀਕ ਹੈ ਜੀ। ਭਾਂਡਿਆਂ ਦੇ ਵੀ ਤੇ ਆਪਣੇ ਇਸ ਟਾਈਮ ਬੈਗਾ ਤੇ ਇਹਨਾਂ ਕਰੋਕਰੀ ਆ ਭਾਜੀ। ਠੀਕ ਹੈ ਠੀਕ ਹੈ। ਸਾਡੇ ਨਵੀਂ ਓਪਨਿੰਗ ਆ, ਅਸੀਂ ਗਾਹਕ ਬਣਾ ਰਹੇ ਆ, ਸਾਡੇ ਨਾਰਮਲ ਰੇਟ ਆ ਜੀ। ਠੀਕ ਹੈ ਠੀਕ ਹੈ। ਜੋ MRP ਆ ਉਸ ਤੋਂ ਅਸੀਂ 10-15 ਜਾਂ 20% ਡਿਸਕਾਊਂਟ ਕਰਕੇ ਸਾਰੀ ਚੀਜ਼ ਦੇ ਦਿੰਦੇ ਹਾਂ। ਠੀਕ ਹੈ। ਕਰੋਕਰੀ ਭਾਂਡੇ ਵਗੈਰਾ ਸਾਰਾ ਕੁਝ ਆ ਭਾਜੀ। ਕੀ ਨਾਮ ਕੀ ਆ ਚੈਨਲ ਦਾ? ਸੁੱਖ ਪੰਜਾਬੀ ਬਲੌਗ ਦਾ ਭਾਈ। ਆਪਣਾ ਕਰ ਦਿਓ ਠੇਕੜ ਭਾਜੀ। ਕਦੋਂ ਪਾਓਗੇ ਭਾਜੀ ਵੀਡੀਓ? ਪਾ ਦਾਂਗੇ ਜੀ, ਕੱਲ ਪਰ ਦੋ ਦਿਨਾਂ ਤੱਕ ਪਾ ਦਾਂਗੇ। ਚਲੋ ਭਾਈ ਫੋਲੋ ਕਰ ਦਿਓ ਭਾਈ। ਕਹਿੰਦੇ ਚੈਨਲ ਦੱਸ ਕੇ ਜਾਓ। ਠੀਕ ਹੈ ਭਾਈ। ਨਵੀਂ ਓਪਨਿੰਗ ਅਸੀਂ ਨਾ ਗਾਹਕ ਬਣਾ ਰਹੇ ਆ। ਠੀਕ ਹੈ। ਸਾਡੇ ਜਿੱਦਾਂ MRP ਲਾਈ ਹੋਈ ਆ ਉਦੋਂ ਤਾਂ ਵੀ ਡਿਸਕਾਊਂਟ ਕਰਕੇ ਦੇ ਦਿਓ। ਡਿਸਕਾਊਂਟ ਕਰਕੇ ਦੇ ਦਿਓ। 10% 20% ਅਸੀਂ ਤਾਂ ਵੀ ਦੇ ਦਈਦਾ, ਜਿਹੜਾ ਕੱਢਣਾ ਉੱਪਰ ਇੱਧਰ ਦਿਖਾ ਲਓ। ਹਾਂ ਭਾਜੀ ਕੋਈ ਗੱਲ ਨਹੀਂ, ਦੇ ਲਓ ਉੱਪਰ। ਬਾਕੀ ਆ ਸਮਾਨ ਸਾਰਾ ਤੁਸੀਂ ਦੇਖ ਸਕਦੇ ਹੋ, ਕਰੋਕਰੀ ਦਾ ਭਾਂਡੇ ਵਾਲਿਆਂ ਦਾ। ਠੀਕ ਹੈ ਜੀ, ਠੀਕ ਹੈ। ਐਵੇਂ ਦਾ ਸਾਰਾ ਸਮਾਨ ਹੈਗਾ। ਪਤਾ ਨਹੀਂ ਤੁਹਾਨੂੰ ਜ਼ਿਆਦਾ ਕਹਿ ਸਕਦੇ ਕਿਉਂਕਿ ਮੇਰਾ ਉੱਪਰ ਦਾ ਕੰਮ ਹੈ, ਮੈਂ ਆਪਾਂ ਗਲਤ ਰੇਟ ਦੱਸ ਦਿੱਤਾ। ਠੀਕ ਹੈ ਠੀਕ ਹੈ ਠੀਕ ਹੈ। ਆਪਣਾ ਉੱਪਰਲਾ। ਠੀਕ ਹੈ ਜੀ। ਐਵੇਂ ਮੈਂ ਤੁਹਾਨੂੰ ਗਲਤ ਰੇਟ ਦੱਸ ਦਵਾਂ ਫਿਰ। ਬੈਗ ਵਗੈਰਾ ਸਾਰਾ ਕੁਝ ਹੁੰਦਾ? ਸਾਰਾ ਕੁਝ ਆ ਭਾਜੀ। ਬੈਗ, ਟੈਚੀ ਪਰਸ, ਫੋਰਨ ਟੈਚੀ, ਵੇਟ ਵਾਲੇ ਟੈਚੀ, ਬ੍ਰਾਈਡਲ ਪਰਸ, ਮੇਕਅਪ ਪਰਸ, ਸਕੂਲ ਬੈਗ, ਕਾਲਜ ਬੈਗ। ਠੀਕ ਹੈ ਠੀਕ ਹੈ। ਸਾਰਾ ਕੁਝ ਆ ਉੱਪਰ ਆਪਣੇ। ਠੀਕ ਹੈ। ਜੇ ਕੋਈ ਵੀਡੀਓ ਦੇਖ ਕੇ ਉਹ ਡਿਸਕਾਊਂਟ ਦੋਗੇ? ਬਸ ਠੀਕ ਹੈ, ਬਸ ਇਹਨਾਂ ਕਿ ਤੁਹਾਡਾ ਨਾਮ ਲੈ ਦੇਣਾ ਅਸੀਂ ਵਲੌਗ ਦੇ ਕੇ। ਬਸ ਠੀਕ ਹੈ ਠੀਕ ਹੈ, ਚਲੋ ਠੀਕ ਪਾ ਦਾਂਗੇ। ਹਾਂ ਜੀ ਹਾਂ ਠੀਕ ਹੈ ਭਾਈ। ਲਓ ਬਈ ਐਵੇਂ ਦਾ ਸਾਰਾ ਸਮਾਨ ਆ ਇਹ ਮਾਰਕੀਟ ਦੇ ਵਿੱਚ, ਜਿਵੇਂ ਬਾਈ ਹੁਣੀ ਨੇ ਦੱਸਿਆ ਤੇ ਬਾਈ ਨੇ ਰੋਕ ਲਿਆ ਸੀਗਾ ਮੈਨੂੰ। ਆਹ ਤੁਸੀਂ ਦੇਖ ਸਕਦੇ ਹੋ ਲਹਿੰਗੇ ਵਗੈਰਾ ਹਨਾ, ਆਹ ਛੋਟੇ ਜਵਾਕਾਂ ਦੇ ਆ ਗਏ, ਆਹ ਛੋਟੇ ਜਵਾਕਾਂ ਵਾਲੇ ਫਰਾਕ ਸੂਟ, ਆਹ ਲਹਿੰਗੇ ਪਏ ਨੇ। ਬਹੁਤ ਵੱਡੀ ਮਾਰਕੀਟ ਹੈ ਇਹ, ਜਿਵੇਂ ਬਾਈ ਨੇ ਕਰੋਕਰੀ ਦਿਖਾਈ ਆ, ਐਵੇਂ ਦਾ ਸਾਰਾ ਸਮਾਨ ਵੀ ਇਹ ਮਾਰਕੀਟ ਦੇ ਵਿੱਚ ਹੁੰਦਾ, ਕੱਪੜਾ ਦਾ ਹੁੰਦੇ ਹੁੰਦਾ। ਆਹ ਚੱਪਲਾਂ ਦੇਖ ਸਕਦੇ ਹੋ ਤੁਸੀਂ, ਸੂਟ ਚੱਪਲਾਂ। ਲਓ ਜੀ ਆਹ ਪੈਂਟਾਂ ਆ ਗਈਆਂ ਦੇਖੋ ਹਨਾ, ਬਹੁਤ ਸਾਰਾ ਕੱਪੜਾ 350-350 ਰੁਪਏ ਸੇਲ। ਆਹ ਦੇਖ ਸਕਦੇ ਹੋ ਤੁਸੀਂ ਸੂਟ ਨੇ, ਜਿਵੇਂ ਆਹ ਸ਼ਰਟਾਂ ਆ ਗਈਆਂ। ਸ਼ਰਟ ਦਾ ਕੀ ਪ੍ਰਾਈਜ਼ ਹੈ ਜੀ? 200 ਰੁਪਏ। ਆਹ 200 ਰੁਪਏ ਪ੍ਰਾਈਜ਼ ਦਾ ਸ਼ਰਟ ਦਾ ਦੇਖ ਸਕਦੇ ਹੋ। ਲਓ ਜੀ ਕਿਹੜੇ ਕਿਹੜੇ ਸਾਈਜ਼ ਹੁੰਦੇ ਨੇ ਜੀ? ML, XL। ਅੱਛਾ ਜੀ ਠੀਕ ਹੈ। ਬਹੁਤ ਸਾਰੀਆਂ ਸ਼ਰਟਾਂ ਨੇ ਇੱਥੇ ਇਸ ਤਰ੍ਹਾਂ ਇੰਨੇ ਕੁ ਪ੍ਰਾਈਜ਼ 'ਚ ਇੱਥੇ ਕੱਪੜੇ ਜਿਹੜੇ ਮਿਲ ਜਾਂਦੇ ਨੇ ਇਹ ਮਾਰਕੀਟ ਦੇ ਵਿੱਚ। ਆਹ 250-250 ਰੁਪਏ ਲਾਇਆ ਹੋਇਆ ਪੈਂਟਾਂ 'ਤੇ। ਆਹ ਸੂਟ ਪਏ ਨੇ, ਲਹਿੰਗੇ ਪਏ ਨੇ। ਲਓ ਜੀ ਆਹ ਕੱਪੜੇ ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਆਪਾਂ ਅੱਗੇ ਦਿਖਾਵਾਂਗੇ ਤੁਹਾਨੂੰ ਮਾਰਕੀਟ, ਜਿਵੇਂ ਪਹਿਲਾਂ ਦੱਸਿਆ ਸੀਗਾ ਕਿ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ। ਆਪਾਂ ਪਹਿਲਾਂ ਆਹ ਪਾਸਾ ਦੇਖਿਆ ਸੀ, ਹੁਣ ਆਹ ਦੂਸਰੀ ਸਾਈਡ ਦੇਖਾਂਗੇ ਸਾਰੀ ਮਾਰਕੀਟ ਦੀ। ਬਹੁਤ ਵੱਡੀ ਮਾਰਕੀਟ ਹੈ ਇਹ ਘੰਟਾ ਘਰ ਦੀ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਲੋਹਰਾਂ ਵਗੈਰਾ ਹੈਗੀਆਂ ਨੇ ਜਿਹੜੀਆਂ। ਅਤੇ ਆਹ ਇੱਕ ਮੇਨ ਚੌਂਕ ਪੈ ਜਾਂਦਾ ਅਤੇ ਅੱਗੇ ਨੂੰ ਵੀ ਕਾਫੀ ਦੁਕਾਨਾਂ ਨੇ, ਇਹ ਵੀ ਆਪਾਂ ਜਾ ਕੇ ਦੇਖਦੇ ਹਾਂ। ਬੱਚਿਆਂ ਦੇ ਕੱਪੜੇ, ਵੱਡਿਆਂ ਦੇ ਕੱਪੜੇ, ਹਰੇਕ ਤਰੀਕੇ ਦਾ ਕੱਪੜਾ ਇਸ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜੂ। ਆ ਜਿਵੇਂ ਬੋਰਡ ਲੱਗੇ ਹੋਏ ਨੇ ਦੁਕਾਨਾਂ ਦੇ ਹਨਾ, ਕੁੜਤੇ ਪਜਾਮੇ, ਟੀ ਸ਼ਰਟਾਂ ਦੇਖ ਸਕਦੇ ਹੋ ਜਿਵੇਂ। ਲਓ ਜੀ ਆਹ ਸੂਟ ਪਏ ਨੇ ਬਾਹਰ ਲਾਏ। ਹੋਲਸੇਲ ਦੀ ਮਾਰਕੀਟ ਹੈ ਇਹ, ਬਹੁਤ ਠੀਕ ਪ੍ਰਾਈਜ਼ 'ਤੇ ਇੱਥੇ ਮਿਲ ਜਾਂਦਾ ਕੱਪੜਾ। ਕੋਟ ਪੈਂਟ ਹੋ ਗਏ, ਜਿਵੇਂ ਸ਼ੇਰਵਾਨੀਆਂ ਹੋ ਗਈਆਂ, ਆਹ ਕੋਟ ਪੈਂਟ ਪਏ ਨੇ, ਲਓ ਦੇਖ ਸਕਦੇ ਹੋ ਤੁਸੀਂ ਬਾਹਰ ਡਿਸਪਲੇ ਕਰੇ। ਆਹ ਲਓ ਛੋਟੇ ਵਾਲੇ, ਵੱਡੇ ਵਾਲੇ ਲਹਿੰਗੇ। ਲਓ ਜੀ ਆਹ ਸ਼ਰਟਾਂ ਸ਼ੁਰਟਾਂ ਬਾਹਰ ਲਾਈਆਂ ਹੋਈਆਂ ਨੇ ਸਾਰੀਆਂ। ਆਹ ਸੂਟ ਆ ਗਏ, ਦੁਪੱਟੇ ਆ ਗਏ, ਕੋਟ ਪੈਂਟ ਲਾਇਆ ਪਿਆ ਤੁਸੀਂ ਦੇਖ ਸਕਦੇ ਹੋ। ਲਓ ਜੀ ਆਹ ਸ਼ਰਟਾਂ ਹੀ ਸ਼ਰਟਾਂ ਪਈਆਂ ਨੇ, ਇਹ ਸਾਰੀਆਂ ਸ਼ਰਟਾਂ ਦਾ ਇੰਨਾ ਕੁ ਪ੍ਰਾਈਜ਼ ਹੈ, 200-300। ਆਹ ਦੇਖੋ ਲੋਹਰਾਂ ਹੀ ਲੋਹਰਾਂ ਪਈਆਂ। ਲੱਗੀ ਬਾਈ ਕੰਡਾ ਸਿੱਧਾ ਪਿਆ ਮੈਂ ਡੀਸ਼ਨ ਡੇ ਔਰ ਵੀ ਦੇ ਸਾਥ।
ਲਓ ਜੀ ਬਾਈ ਕਹਿੰਦਾ 100-100 ਰੁਪਏ ਸੇਲ ਹੈ। ਬਾਹਰ ਤਾਂ ਕੱਪੜੇ ਮਤਲਬ ਲਾਏ ਹੋਏ ਨੇ ਕੱਢ ਕੇ, ਅਤੇ ਅੰਦਰ ਵੀ ਦੁਕਾਨਾਂ 'ਤੇ ਸੇਲ ਲੱਗੀ ਹੋਈ ਹੈ, ਅਤੇ ਅੰਦਰ ਵੀ ਬਹੁਤ ਸਾਰੀ ਕੁਆਂਟਿਟੀ ਹੈ ਕੱਪੜਿਆਂ ਦੀ। ਅਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਇੱਥੇ ਹੈਗੀਆਂ ਨੇ ਮਾਰਕੀਟ ਦੇ ਵਿੱਚ। ਹਾਂ ਹੈਗੀਆਂ ਐਨਕਾਂ, ਬੈਲਟਾਂ, ਆ ਕੈਪ ਆ ਗਈਆਂ ਛੋਟੇ ਜਵਾਕਾਂ ਵਾਲੀਆਂ, 150-150 ਰੁਪਏ ਦੇਖੋ ਲਾਇਆ ਹੋਇਆ। ਬਹੁਤ ਵੱਡੀ ਇਹ ਮਾਰਕੀਟ ਹੈ, ਘੰਟਾ ਘਰ ਦੇ ਕੋਲੋਂ ਕਲੋਕ ਟਾਵਰ ਕੋਲੋਂ ਸ਼ੁਰੂ ਹੋ ਜਾਂਦੀ ਹੈ, ਅਤੇ ਬਹੁਤ ਲੰਬੀ ਲੰਬੀ ਮਾਰਕੀਟ ਹੈ। ਆਹ ਕੁੜਤੇ ਦੇਖ ਸਕਦੇ ਹੋ ਤੁਸੀਂ ਕੁੜੀਆਂ ਵਾਲੇ ਫਰਾਕ ਸੂਟ ਕੁੜਤੇ, ਹੈ ਨਾ। ਇੱਧਰ ਵੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ, ਅਤੇ ਜਵੈਲਰੀ ਵਾਲੀਆਂ ਵੀ ਦੁਕਾਨਾਂ ਹੈਗੀਆਂ ਨੇ ਇੱਥੇ ਮਾਰਕੀਟ ਦੇ ਵਿੱਚ। ਆ ਕੱਪੜੇ ਛੋਟੇ ਬੱਚਿਆਂ ਵਾਲੇ ਕੱਪੜੇ ਲਓ ਜੀ, 150-150 ਰੁਪਏ, 200-200 ਰੁਪਏ ਸੇਲ ਹੈ ਇੱਥੇ। ਆ ਚੂੜੇ ਵਾਲੀਆਂ ਦੁਕਾਨਾਂ ਆ ਗਈਆਂ ਦੇਖ ਸਕਦੇ ਹੋ ਤੁਸੀਂ, ਬਾਕੀ ਆਹ ਦੇਖੋ ਤੁਸੀਂ ਬੈਗ ਆ ਗਏ ਜਿਵੇਂ ਪਰਸ ਆ, ਹੈ ਨਾ, ਐਵੇਂ ਦੀਆਂ ਸਾਰੀਆਂ ਦੁਕਾਨਾਂ ਨੇ ਇੱਥੇ। ਲਓ ਜੀ ਕੋਟ ਪੈਂਟ ਵਗੈਰਾ, ਆਹ ਸੂਟ ਦੇਖ ਸਕਦੇ ਹੋ ਤੁਸੀਂ ਬਾਹਰ ਲਾਏ ਹੋਏ, ਛੋਟੇ ਬੱਚਿਆਂ ਵਾਲੀਆਂ ਫਰਾਕਾਂ। ਆਹ ਕੰਬਲ ਵਾਲੀ ਦੁਕਾਨ ਆ ਗਈ, ਹਰੇਕ ਤਰੀਕੇ ਦਾ ਕੱਪੜਾ ਤੁਹਾਨੂੰ ਇੱਥੋਂ ਮਾਰਕੀਟ ਦੇ ਵਿੱਚੋਂ ਮਿਲ ਜੂ। ਕੰਬਲ ਹੋ ਗਏ, ਬਾਕੀ ਸਿਆਲਾਂ ਦੇ ਵਿੱਚ ਸਿਆਲਾਂ ਵਾਲਾ ਕੱਪੜਾ ਹੁੰਦਾ, ਹੁਣ ਜ਼ਿਆਦਾ ਗਰਮੀ ਵਾਲੀ ਕੱਪੜਾ ਹੈ ਸਾਰੇ ਕਿਤੇ, ਸ਼ਰਟਾਂ ਹੋ ਗਈਆਂ, ਹੈ ਨਾ, ਲੋਅਰਾਂ, ਐਵੇਂ ਦਾ ਸਾਰਾ ਕੱਪੜਾ ਗਰਮੀ ਵਾਲਾ ਮਿਲੂ। ਸਿਆਲਾਂ ਦੇ ਵਿੱਚ ਸਿਆਲਾਂ ਵਾਲੇ ਕੱਪੜੇ ਦੀ ਸੇਲ ਹੁੰਦੀ ਹੈ, ਬਾਕੀ ਬਹੁਤ ਜ਼ਿਆਦਾ ਕਰਾਊਡ ਰਹਿੰਦਾ ਇਹ ਮਾਰਕੀਟ ਦੇ ਵਿੱਚ, ਤੁਸੀਂ ਦੇਖ ਹੀ ਸਕਦੇ ਹੋ। ਆਹ ਕੁਛ ਵਿਆਹਾਂ ਦਾ ਸਮਾਨ, ਜਾਗੋਆਂ ਵਗੈਰਾ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਤੁਸੀਂ, ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ, ਹਰੇਕ ਤਰੀਕੇ ਦਾ ਸਮਾਨ ਆ ਬਾਈ ਮਾਰਕੀਟ ਦੇ ਵਿੱਚ, ਬਹੁਤ ਜ਼ਿਆਦਾ ਵੱਡੀ ਮਾਰਕੀਟ ਹੈ। ਜਵੈਲਰੀ ਵਾਲੀਆਂ, ਚੂੜੇ ਵਾਲੀਆਂ, ਜੇ ਤੁਸੀਂ ਵਿਆਹਾਂ ਵਾਸਤੇ ਸ਼ੋਪਿੰਗ ਕਰਨੀ ਆ ਤਾਂ ਇੱਥੋਂ ਜ਼ਰੂਰ ਟਰਾਈ ਕਰਿਓ। ਆਹ ਚੂੜੇ ਦੇਖ ਸਕਦੇ ਹੋ ਪਏ ਨੇ, ਹੈ ਨਾ, ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ। ਜੁੱਤੀਆਂ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ, ਸ਼ੂਜ਼ ਵਾਲੀਆਂ, ਹਰੇਕ ਤਰੀਕੇ ਦੀ ਦੁਕਾਨ ਇੱਥੇ ਮਿਲ ਜੂ ਮਾਰਕੀਟ ਦੇ ਵਿੱਚ। ਚੱਲਦੇ ਹਾਂ ਆਪਾਂ ਦੂਸਰੀ ਸਾਈਡ ਦੇਖਦੇ ਹਾਂ ਹੁਣ ਮਾਰਕੀਟ ਦੀ, ਅਤੇ ਇਹ ਸਾਈਡ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ, ਬਹੁਤ ਏਰੀਏ ਦੇ ਵਿੱਚ ਇਹ ਮਾਰਕੀਟ ਆ ਜਿਹੜੀ ਫੈਲੀ ਹੋਈ ਆ। ਦੁਕਾਨਾਂ ਦੇਖ ਸਕਦੇ ਹੋ ਵੱਡੀਆਂ ਵੱਡੀਆਂ, ਕੱਪੜੇ ਬਾਹਰ ਡਿਸਪਲੇ ਕੀਤੇ ਹੋਏ ਨੇ, ਬਹੁਤ ਕੁਆਂਟਿਟੀ ਹੈ ਇੱਥੇ ਕੱਪੜਿਆਂ ਦੀ, ਕੱਪੜੇ ਕੱਪੜਾ ਹੈਗਾ, ਬਾਕੀ ਆ ਰਜਾਈਆਂ, ਕੰਬਲ, ਐਵੇਂ ਦਾ ਕੁਛ ਵੀ ਹੈਗਾ। ਆਹ ਜੁੱਤੀਆਂ ਦੇਖ ਸਕਦੇ ਹੋ ਤੁਸੀਂ, ਸਲਿੱਪਰ, ਛੋਟੇ ਬੱਚਿਆਂ ਵਾਲੇ ਸੈਂਡਲ, ਹੈ ਨਾ, ਐਵੇਂ ਦਾ ਸਾਰਾ ਸਮਾਨ। ਬਾਕੀ ਆਹ ਸੂਟ ਦੇਖੋ ਬਾਹਰ ਡਿਸਪਲੇ ਕੀਤੇ ਹੋਏ, ਲਓ ਜੀ। ਬਾਕੀ ਪੂਰੀ ਭੀੜ ਹੋ ਗਈ ਹੁਣ ਮਾਰਕੀਟ ਦੇ ਵਿੱਚ, ਦੁਪਹਿਰ ਦਾ ਟਾਈਮ ਹੈ, ਦੁਪਹਿਰੇ ਪੂਰੀ ਭੀੜ ਹੋ ਜਾਂਦੀ ਆ ਮਾਰਕੀਟ 'ਚ। ਆ ਜਵੈਲਰੀ ਦੇਖ ਸਕਦੇ ਹੋ, ਐਵੇਂ ਦਾ ਸਾਰਾ ਸਮਾਨ ਹੈਗਾ, ਲਓ ਜੀ। ਆਹ ਲੋਹਰਾਂ ਵਗੈਰਾ ਆ ਗਈਆਂ, ਆਹ ਛੋਟੇ ਬੱਚਿਆਂ ਵਾਲੇ ਕੱਪੜੇ ਆ ਗਏ, ਕੁੜੀਆਂ ਵਾਲੇ ਫਰੋਕ ਸੂਟ, ਕੁੜਤੇ, ਆਹ ਸ਼ਰਟਾਂ ਵਗੈਰਾ ਦੇਖ ਸਕਦੇ ਹੋ, ਬੈਗ ਦੇਖ ਸਕਦੇ ਹੋ, ਲਓ ਜੀ।
ਕੁਆਂਟੀਟੀ ਬਹੁਤ ਜ਼ਿਆਦਾ ਕੱਪੜੇ ਦੀ ਇਹ ਮਾਰਕੀਟ ਦੇ ਵਿੱਚ। ਅਤੇ ਆਹ ਹੁਣ ਸ਼ੋਪ 'ਤੇ ਆਇਆ ਇੱਕ, ਇੱਥੇ ਕੋਟ ਪੈਂਟ ਮਤਲਬ ਸਟਿੱਚ ਵੀ ਹੁੰਦੇ ਨੇ ਅਤੇ ਕੱਪੜਾ ਵੀ ਹੁੰਦਾ। ਇਹ ਕੋਟ ਪੈਂਟ ਦਾ ਜੀ? ਹਾਂਜੀ ਠੀਕ ਆ। ਇਹਦਾ ਕੀ ਪ੍ਰਾਈਸ ਹੈ ਜੀ? ਇਹ ਤੁਹਾਨੂੰ ਪਊਗਾ 3500 ਰੁਪਏ ਥ੍ਰੀ ਪੀਸ। ਅੱਛਾ ਅੱਛਾ, ਵਿੱਚ ਸਟਿਚਿੰਗ ਵਿੱਚ ਹੈ। 3 ਪੀਸ ਪਊਗਾ ਇਹ? ਠੀਕ ਹੈ ਜੀ, 3500 ਦਾ। ਠੀਕ ਆ, ਲਓ ਵੀ ਤੁਸੀਂ ਦੇਖ ਸਕਦੇ ਹੋ 3500 ਦਾ ਹੈ। ਬਾਕੀ ਇਹ ਕਲਰ ਨੇ, ਆਹ ਕਲਰ ਲੱਗੇ, ਆਹ ਲੱਗੇ ਨੇ, ਹਾਂ ਕਾਫੀ ਸਾਰੀ ਕੁਆਂਟੀਟੀ ਹੈ ਕਲਰਾਂ ਦੀ। ਇਹ ਸਾਰੇ ਕੋਟ ਪੈਂਟ ਦਾ ਗਿਆਰਾਂ ਸੌ ਚ ਦੇਖ ਸਕਦੇ ਹੋ ਵੀ ਐਵੇਂ ਦਾ ਸਮਾਨ ਹੈਗਾ ਦੁਕਾਨਾਂ ਦੇ ਉੱਤੇ। ਵਾਈਟ ਵੀ ਮਿਲ ਜਾਂਦਾ? ਠੀਕ ਹੈ ਜੀ ਠੀਕ ਹੈ। ਚਿਕਨਕਾਰੀ ਵਾਲੇ ਵੀ ਮਿਲ ਜਾਣਗੇ, ਜਿਹੜਾ ਅੱਜ ਕੱਲ੍ਹ ਬਹੁਤ ਚੱਲਦਾ ਪਿਆ ਚਿਕਨਕਾਰੀ ਦੇ। ਸੇਮ ਪ੍ਰਾਈਸ ਹੈ ਨਾ ਤਿੰਨਾਂ ਦਾ? ਹਾਂਜੀ ਬਸ ਠੀਕ ਹੈ ਜੀ, ਦੇਖ ਸਕਦੇ ਹੋ ਤੁਸੀਂ। ਬਾਕੀ ਜੀਨਸ ਵਗੈਰਾ ਵੀ ਨੇ ਬਾਈ? ਜੀਨ ਦਾ ਕੀ ਪ੍ਰਾਈਸ ਆ? ਜੀਨ ਭਾਈ ਆਪਣੇ ਕੋਲ 500 ਤੋਂ ਸਟਾਰਟ ਹੋ ਜਾਂਦੀ ਹੈ। ਠੀਕ ਹੈ ਠੀਕ ਹੈ ਬਾਈ। ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਬਾਸਕਿਟ, ਐਵੇਂ ਦਾ ਸਾਰਾ ਸਮਾਨ ਹੈਗਾ ਸ਼ੋਪ ਦੇ ਵਿੱਚ। ਲਓ ਜੀ 400 ਰੁਪਏ ਦੀ ਬਾਸਕਿਟ ਹੈ। 400 ਦੀ ਹੈ? ਹਾਂਜੀ ਠੀਕ ਹੈ ਜੀ ਠੀਕ ਹੈ। ਲਓ ਜੀ 400 ਰੁਪਏ ਦੀ ਬਾਸਕਿਟ ਹੈ। ਅਤੇ ਜਿਹੜਾ ਸਟਿਚ ਵਾਲਾ ਕੋਟ ਪੈਂਟ ਉਹਦਾ ਕੀ ਪ੍ਰਾਈਸ ਆ? ਉਹ ਆਪਣੇ ਕੋਲ ਹੁੰਦਾ ਭਾਈ 1800 ਰੁਪਏ ਤੋਂ ਸ਼ੁਰੂ। 1800 ਤੋਂ ਸ਼ੁਰੂ? ਠੀਕ ਹੈ ਠੀਕ ਹੈ। ਆਜੋ ਨਿਗਾਹ ਕਰਾਵਾਂ ਤੁਹਾਨੂੰ। ਆਜੋ ਬਾਈ, ਕਹਿੰਦੇ ਦਿਖਾਉਂਦੇ ਆ ਤੁਹਾਨੂੰ। ਦੇਖ ਸਕਦੇ ਹੋ ਤੁਸੀਂ ਕੋਟ ਪੈਂਟ 1800 ਦਾ। ਠੀਕ ਹੈ, ਸਾਰੇ ਕਲਰ ਹੋਣਗੇ ਤਕਰੀਬਨ, ਹੈ ਨਾ? ਜਿਹੜਾ ਕਹੋਗੇ ਉਹ ਕਲਰ, ਇਹ ਤਾਂ ਪ੍ਰਿੰਟਡ ਹੁੰਦਾ ਆਪਣੇ। ਪ੍ਰਿੰਟਡ ਇਸ ਦੇ ਕਲਰ ਮਿਲ ਜਾਣਗੇ ਤੁਹਾਨੂੰ। ਲਓ ਜੀ ਹੋਗਾ 2500 ਰੁਪਏ ਦੇ। 2500 ਦੇ ਚ? ਠੀਕ ਹੈ। ਔਰ ਜੇ ਕੋਈ ਵੀਡੀਓ ਦੇਖ ਕੇ ਆਵੇ ਫਿਰ ਡਿਸਕਾਊਂਟ ਦਵਾਂਗੇ? ਦਵਾਂਗੇ ਭਾਈ ਜੀ। ਠੀਕ ਹੈ ਠੀਕ। ਕਿੰਨੇ ਪਰਸੈਂਟ? ਕੋਈ ਨਾ, ਉਹ ਕਰਾਂਗੇ। ਠੀਕ ਹੈ ਠੀਕ ਹੈ। ਆਲੂ ਬਲੈਕ ਕਲਰ ਵੀ ਹੈਗਾ ਵਿੱਚ। ਲਓ ਜੀ ਦੇਖ ਸਕਦੇ ਹੋ ਤੁਸੀਂ। ਠੀਕ ਹੈ ਬਾਈ, ਆਪਸ਼ਨਸ ਬਹੁਤ ਮਿਲ ਜੂਗਾ। ਬਾਕੀ ਬਹੁਤ ਲਗਾਉਂਗੇ ਉਹੀ ਮਿਲ ਜੂਗਾ। ਬਹੁਤ ਸਾਰੀ ਕੁਆਂਟੀਟੀ ਹੈ, ਤੁਸੀਂ ਦੇਖ ਸਕਦੇ ਹੋ। ਆ ਚੀਜ਼ ਹੁੰਦੀ ਹੈ ਆਪਣੇ ਕੋਲ, ਕੋਟ ਪੈਂਟ ਦੀ ਵੈਰਾਈਟੀ ਬਹੁਤ ਹੈ। ਬਹੁਤ ਜ਼ਿਆਦਾ, ਜਿਹੜੀ ਚੀਜ਼ ਕਹੋਗੇ ਸੇਮ ਮਿਲ ਜੂਗੀ ਆਲੋ, ਟਕਸੀਡੋ ਵਾਲਾ। ਠੀਕ ਹੈ, ਇਹਦਾ ਕੀ ਪ੍ਰਾਈਸ ਆ? 2200 ਰੁਪਏ ਦਾ। ਇਹ 2200 ਦਾ? ਹਾਂਜੀ ਠੀਕ ਹੈ। ਯਾਨੀ ਕਿ 2000-2500 ਤੱਕ ਮਤਲਬ ਮਿਲ ਜੂ? ਵਧੀਆ, ਇੱਕ ਕਢਾਈ ਵਾਲੇ ਵੀ ਹੁੰਦੇ ਆਪਣੇ ਕੋਲ। ਠੀਕ ਹੈ ਬਾਈ, ਵਰਕ ਵਾਲੀ ਜਿਹੜੀ ਚੱਲਦੀ ਅੱਜ ਕੱਲ੍ਹ। ਇਹ ਕੀ ਪ੍ਰਾਈਸ ਹੈ ਜੀ? ਇਹ ਤੁਹਾਨੂੰ ਪਊਗਾ ਭਾਈ 3800 ਰੁਪਏ। ਇਹ 3800 ਚ? ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ ਦੇਖ ਸਕਦੇ ਹੋ ਤੁਸੀਂ, ਬਹੁਤ ਸਾਰੀ ਕੁਆਂਟੀਟੀ ਹੈ ਇੱਥੇ ਕੋਟ ਪੈਂਟਾਂ ਦੀ। ਬਾਕੀ ਕੱਪੜਾ ਵੀ ਲੈ ਸਕਦੇ ਹੋ ਅਤੇ ਜਿਹੜੇ ਬਣੇ ਬਣਾਏ ਕੋਟ ਪੈਂਟ ਉਹ ਵੀ ਲੈ ਸਕਦੇ ਹੋ। ਆਪਣੀ ਸ਼ੋਪ ਹੈਗੀ ਵੀਰੇ ਸੀਆ ਰਾਮ ਦੀ, ਨੀਅਰ ਪਿੰਡੀ ਗਲੀ ਦੇ ਨਾਲ। ਠੀਕ ਹੈ ਜੀ, ਸਾਹਮਣੇ ਚੂੜੀਆਂ ਦੀ ਦੁਕਾਨ ਹੈ ਜੀ, ਸਾਹਮਣੇ ਬਿਲਕੁਲ। ਠੀਕ ਹੈ ਜੀ ਠੀਕ, ਚਾਰ ਸ਼ੋਰੂਮ ਨੇ ਸੀਆ ਰਾਮ ਦੇ। ਠੀਕ ਹੈ ਜੀ ਠੀਕ ਹੈ। ਲਓ ਜੀ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਵੀ ਕੋਟ ਪੈਂਟ ਦਿਖਾਏ ਨੇ ਹੈ ਨਾ ਸਾਰੇ, ਬਾਕੀ ਹੋਰ ਕੁੜਤੇ ਪਜਾਮੇ ਦਿਖਾਏ ਨੇ ਅਤੇ ਕੋਟ ਪੈਂਟ ਦਾ ਕੱਪੜਾ,
ਇਹ ਇੱਥੇ ਪ੍ਰਾਈਜ਼ ਨੇ ਸਾਰੇ ਆਪਾਂ ਤੁਹਾਨੂੰ ਦੱਸਤੇ। ਅੱਗੇ ਚੱਲਦੇ ਹਾਂ ਆਪਾਂ, ਸਾਰੀ ਮਾਰਕੀਟ ਆਪਾਂ ਦੇਖਦੇ ਹਾਂ। ਆ ਜਿਵੇਂ ਅਟੈਚੀਆਂ ਆ ਗਈਆਂ, ਬੈਗ ਆ ਗਏ, ਹੈ ਨਾ, ਹਰੇਕ ਤਰੀਕੇ ਦੀਆਂ ਦੁਕਾਨਾਂ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮਾਰਕੀਟ ਦੇ ਵਿੱਚ। ਆ ਬਹੁਤ ਵੱਡੀ ਦੁਕਾਨ ਆ, ਇੱਥੇ ਕੱਪੜੇ ਕੱਪੜਾ ਪਿਆ ਤੁਸੀਂ ਦੇਖ ਸਕਦੇ ਹੋ, ਅਤੇ ਕੁੜੀਆਂ ਵਾਲੇ ਕੱਪੜੇ ਬਹੁਤ ਨੇ ਇੱਥੇ। ਆ 350 ਰੁਪਇਆ ਲਾਇਆ ਹੋਇਆ ਸੂਟਾਂ ਦੇ ਉੱਪਰ ਪ੍ਰਾਈਜ਼। ਆ ਜੁੱਤੀਆਂ ਦੇਖ ਸਕਦੇ ਹੋ ਤੁਸੀਂ, ਸੈਂਡਲ ਪੰਜਾਬੀ ਜੁੱਤੀਆਂ, ਆ 150 ਰੁਪਏ ਕੁੜੀਆਂ ਵਾਲੇ ਕੱਪੜਿਆਂ ਦੇ ਲਾਇਆ ਹੋਇਆ, ਟੋਪ ਹੋ ਗਏ ਜਿਵੇਂ, ਪਜਾਮੇ ਹੋ ਗਏ, ਆ ਕੁੜਤੇ ਦੇਖ ਸਕਦੇ ਹੋ 350 ਰੁਪਇਆ ਦੇ। ਲਓ ਜੀ, ਬਹੁਤ ਵੱਡੀ ਇਹ ਮਾਰਕੀਟ ਹੈ। ਆ ਜਵੈਲਰੀ ਵਾਲੀਆਂ ਸ਼ੋਪ ਵੀ ਹੈਗੀਆਂ ਇੱਥੇ, ਆ ਦੇਖ ਸਕਦੇ ਹੋ ਤੁਸੀਂ। ਆ ਵੀ ਆ ਗਏ ਕੁੜੀਆਂ ਵਾਲੇ ਫਰੋਕ ਸੂਟ, ਕੁੜਤੇ, ਲੋਰਾਂ ਦਾ ਪ੍ਰਾਈਜ਼ 150-200 ਇੰਨਾ ਕੁ ਪ੍ਰਾਈਜ਼ ਆ। ਬਾਕੀ ਪਰਸ ਵਗੈਰਾ ਆ ਗਏ, ਹਰੇਕ ਚੀਜ਼ ਸੇਲ 'ਚ ਮਿਲ ਜੂਗੀ ਤੁਹਾਨੂੰ। ਆ ਟੀ ਸ਼ਰਟਾਂ ਦੇਖ ਸਕਦੇ ਹੋ, ਲਓ ਬਹੁਤ ਸੋਹਣੇ ਸੋਹਣੇ ਕਲਰ ਤੁਹਾਨੂੰ ਮਿਲ ਜਾਣਗੇ ਇੱਥੇ ਦੇਖਣ ਨੂੰ ਮਾਰਕੀਟ ਦੇ ਵਿੱਚ। ਬਾਕੀ ਆ ਸਾਹਮਣੇ ਵਾਲੇ ਪਾਸੇ ਵਿਆਹ ਵਾਲਾ ਸਾਰਾ ਸਮਾਨ ਆ ਗਿਆ, ਅਚਕਨ ਹੋ ਗਿਆ, ਹੈ ਨਾ ਜਿਵੇਂ। ਲਓ ਜੀ, ਇੱਕ ਵਾਰ ਤੁਸੀਂ ਟਰਾਈ ਕਰਿਓ ਇੱਥੇ, ਮਤਲਬ ਵਿਆਹ ਵਾਲਾ ਬਹੁਤ ਸਮਾਨ ਆ, ਚੂੜੇ ਵਗੈਰਾ ਕਾਫੀ ਕੁਛ ਵਾਲੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ। ਆ 250 ਰੁਪਏ ਸ਼ੂਜ਼ ਲਾਏ ਹੋਏ ਨੇ, 250 ਰੁਪਏ ਪ੍ਰਾਈਜ਼ ਲਾਇਆ ਹੋਇਆ ਇੱਥੇ। ਆ ਵੀ 150-150 ਰੁਪਏ ਅੱਗੇ ਪ੍ਰਾਈਜ਼ ਆ ਲਾਇਆ ਹੋਇਆ ਬਾਈ ਉਹਨਾਂ ਨੇ ਲੋਹਰਾਂ 'ਤੇ, ਦੇਖ ਸਕਦੇ ਹੋ ਤੁਸੀਂ। ਆ ਲਓ ਵੀ 150-150 ਰੁਪਏ ਲੋਹਰਾਂ, 100-100 ਰੁਪਏ ਜਹਾਂ ਸਲਿੱਪਰ। ਆ ਛੋਟੇ ਬੱਚਿਆਂ ਵਾਲੇ ਕੱਪੜੇ ਆ ਗਏ, ਹੈ ਨਾ, ਪੈਂਟਾਂ 300-300 ਦੀਆਂ, ਐਵੇਂ ਦਾ ਸਾਰਾ ਸਮਾਨ ਹੈਗਾ ਇਹ ਮਾਰਕੀਟ 'ਚ। ਅਤੇ ਅੱਗੇ ਚੱਲਦੇ ਹਾਂ, ਅੱਗੇ ਦੇਖਦੇ ਹਾਂ ਆਪਾਂ ਸਾਰੀ ਮਾਰਕੀਟ। ਬਾਕੀ ਕਰਾਊਡ ਬਹੁਤ ਰਹਿੰਦਾ ਇਹ ਮਾਰਕੀਟ 'ਚ, ਪੂਰੀ ਭੱਖ ਜਾਂਦੀ ਆ ਦੁਪਹਿਰ ਦੇ ਵਿੱਚ ਇਹ ਮਾਰਕੀਟ। ਲਓ ਵੀ ਦੇਖ ਸਕਦੇ ਹੋ ਤੁਸੀਂ, ਬਹੁਤ ਇਕੱਠ ਹੋਇਆ ਹੋਇਆ। ਅਤੇ ਸੰਡੇ ਨੂੰ ਤਾਂ ਇੱਥੇ ਹੋਰ ਤੋਂ ਵੀ ਜ਼ਿਆਦਾ ਇਕੱਠ ਹੁੰਦਾ, ਸੰਡੇ ਨੂੰ ਇਹ ਤੋਂ ਵੀ ਵੱਡੀ ਸੇਲ ਲੱਗਦੀ ਹੈ ਘੰਟਾ ਘਰ ਦੀ ਮਾਰਕੀਟ ਦੇ ਵਿੱਚ ਇਸ ਚੌੜੇ ਬਾਜ਼ਾਰ 'ਚ। ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਲੋਹਰਾਂ ਟੀ ਸ਼ਰਟਾਂ ਵਾਲੀਆਂ ਇੱਥੇ ਆਪਾਂ ਨੂੰ ਮਿਲ ਜਾਣਗੀਆਂ ਦੇਖਣ ਨੂੰ। ਐਵੇਂ ਦੀ ਵੀ ਬਾਈ ਹੋਣੀ ਬਾਹਰ ਲਾਈਆਂ ਹੁੰਦੀਆਂ ਨੇ ਬਾਈ ਹੋਣੀਆਂ ਦੁਕਾਨਾਂ, ਜਿਵੇਂ ਸੌਕਸ ਹੋ ਗਈਆਂ, ਹੈ ਨਾ, 5-5 ਜੋੜੇ ਇਕੱਠੇ ਮਿਲ ਜਾਂਦੇ ਨੇ ਇੱਥੋਂ। ਐਨਕਾਂ, ਘੜੀਆਂ, ਬੈਲਟਾਂ, ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਮਿਲ ਜਾਂਦੀਆਂ ਨੇ। ਇੱਧਰ ਜੁੱਤੀਆਂ ਵਾਲੀ ਕਾਫੀ ਵੱਡੀ ਸ਼ੋਪ ਆ। ਆ ਕੋਟ ਪੈਂਟ ਆ ਗਏ, ਅਚਕਨ ਆ ਗਏ। ਲਓ ਬਈ, ਆ ਜੀਨਸ ਦੇਖ ਸਕਦੇ ਹੋ, ਨਾ, ਅਤੇ ਪਹਿਲਾਂ ਆਪਾਂ ਸਾਈਡ ਦਿਖਾਈ ਸੀ ਮਾਰਕੀਟ ਦੀ, ਅਤੇ ਹੁਣ ਆਪਾਂ ਦੂਸਰੀ ਸਾਈਡ ਆ ਗਏ। ਇੱਥੇ ਟੀ ਸ਼ਰਟਾਂ ਦੇਖ ਸਕਦੇ ਹੋ ਤੁਸੀਂ। ਬਹੁਤ ਕੁਆਂਟਿਟੀ ਹੈ ਕੱਪੜਿਆਂ ਦੀ ਇੱਥੇ, ਆ ਪੈਂਟਾਂ ਲਾਈਆਂ ਹੋਈਆਂ ਨੇ। ਲਓ ਦੇਖੋ, ਕੋਟ ਪੈਂਟ ਬਾਹਰ ਟੰਗੇ ਹੋਏ ਨੇ। ਲਓ ਜੀ, ਆ ਦੇਖ ਸਕਦੇ ਹੋ ਕੁੜੀਆਂ ਵਾਲੇ ਕੱਪੜੇ ਸਾਰੇ। ਅਤੇ ਇੱਧਰ ਚੱਲਦੇ ਹਾਂ, ਇੱਧਰ ਵੀ ਕਾਫੀ ਵੱਡੀ ਮਾਰਕੀਟ ਹੈ, ਇਹ ਆਪਾਂ ਸਾਰੀ ਮਾਰਕੀਟ ਦੇਖਦੇ ਹਾਂ ਜਾ ਕੇ। ਇੱਥੇ ਤੁਸੀਂ ਦੇਖ ਸਕਦੇ ਹੋ ਕੱਪੜੇ ਲਾਏ ਹੋਏ ਨੇ ਬਾਹਰ।
ਆ ਛੋਟੇ ਬੱਚਿਆਂ ਵਾਲੀਆਂ ਕੈਪਸ ਵਗੈਰਾ ਹਨਾ, ਐਵੇਂ ਦਾ ਸਾਰਾ ਸਮਾਨ ਮਿਲ ਜੂ। ਅਤੇ ਇੱਥੇ ਮਾਰਕੀਟ ਥੋੜ੍ਹੀ ਵਿੱਚ ਨੂੰ ਆ ਕੇ ਆ, ਅਤੇ ਆਹ ਵੱਡੀ ਸੜਕ ਨੂੰ ਥੋੜ੍ਹੀ ਜਿਹੀ ਹਟਵੀਂ, ਇੱਥੇ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮਿਲ ਜਾਣਗੀਆਂ ਆਪਾਂ ਨੂੰ, ਦੇਖ ਸਕਦੇ ਹੋ ਤੁਸੀਂ ਸਾਰੇ ਕਿਤੇ ਦੁਕਾਨਾਂ ਨੇ। ਆਹ ਸਾਈਡ ਵੀ ਇੱਥੇ ਵੀ ਜਿਹੜਾ ਪ੍ਰਾਈਜ਼ ਆ 200 ਰੁਪਏ 300 ਰੁਪਏ ਮਿਲ ਜੂ ਦੇਖਣ ਨੂੰ। ਆ ਗਏ ਵੀ, ਲਓ ਵੀ ਦੇਖ ਸਕਦੇ ਹੋ ਤੁਸੀਂ, ਇੱਥੇ ਕੱਪੜਾ ਬਹੁਤ ਜ਼ਿਆਦਾ ਪਿਆ। ਲਓ ਜੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ। ਹਾਂ ਬਾਈ ਹਾਕ ਮਾਰ ਰਹੇ ਸੀਗੇ, ਦੇਖਦੇ ਹਾਂ ਕੀ ਕਹਿੰਦੇ ਨੇ ਬਾਈ ਹੋਣੀ, ਕੀ ਹੈ ਬਾਈ ਹੋਣੀਆਂ ਕੋਲ। ਹਾਂਜੀ ਕੀ ਹੈ ਬਾਈ ਤੁਹਾਡੇ ਕੋਲ? ਅੱਛਾ ਆਹ ਲੋਅਰ ਦਾ ਕੀ ਪ੍ਰਾਈਜ਼ ਆ? 450 ਠੀਕ ਹੈ ਜੀ, ਠੀਕ ਹੈ। ਲੋਅਰ ਦੇਖ ਸਕਦੇ ਹੋ, ਸਾਈਜ਼ ਵਗੈਰਾ ਸਾਰੇ ਮਿਲ ਜਾਣਗੇ, ਠੀਕ ਹੈ ਜੀ, ਠੀਕ ਹੈ ਠੀਕ ਹੈ। ਲਓ ਵੀ ਦੇਖ ਸਕਦੇ ਹੋ, ਅਤੇ ਇੱਧਰ ਵੀ ਉਸੇ ਤਰ੍ਹਾਂ ਲੋਰਾਂ ਕੀ ਪ੍ਰਾਈਜ਼ ਹੈ ਜੀ ਲੋਰਾਂ ਦਾ? 200 ਰੁਪਏ ਠੀਕ ਹੈ ਜੀ, ਠੀਕ ਹੈ। 200 ਰੁਪਏ ਪ੍ਰਾਈਜ਼ ਆ, ਇਸ ਪ੍ਰਾਈਜ਼ ਦੇ ਵਿੱਚ ਆਪਾਂ ਨੂੰ ਕੱਪੜੇ ਜਿਹੜੇ ਇੱਥੋਂ ਮਿਲ ਜਾਣਗੇ, ਇੰਨਾ ਕੁ ਪ੍ਰਾਈਜ਼ ਹੈ। ਅਤੇ ਅੱਗੇ ਚੱਲਦੇ ਹਾਂ, ਅੱਗੇ ਦੇਖਦੇ ਹਾਂ ਮਾਰਕੀਟ ਆਪਾਂ ਸਾਰੀ ਜਾ ਕੇ। ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੇ ਪ੍ਰਾਈਜ਼ ਕਲੀਅਰ ਕਰਤੇ ਵੀ ਕਿੰਨਾ ਕੁ ਪ੍ਰਾਈਜ਼ ਆ ਜਿਹੜਾ ਇੱਥੇ ਲੱਗਦਾ, 300 ਰੁਪਏ 200 ਰੁਪਏ। ਅੱਗੇ ਚੱਲਦੇ ਹਾਂ, ਅੱਗੇ ਦੇਖਦੇ ਹਾਂ, ਬਹੁਤ ਵੱਡੀ ਮਾਰਕੀਟ ਹੈ ਇਹ। ਖੁੱਲ੍ਹਾ ਜਿਹਾ ਟਾਈਮ ਕੱਢ ਕੇ ਤੁਸੀਂ ਆਇਓ ਇੱਥੇ ਸ਼ੋਪਿੰਗ ਕਰਨ, 10-20 ਮਿੰਟ ਅੱਧੇ ਘੰਟੇ ਵਾਲਾ ਕੰਮ ਨਹੀਂ ਹੈਗਾ ਉਰੇ, ਇੱਥੇ ਤਾਂ ਸਾਰੀ ਦਿਹਾੜੀ ਚਾਹੀਦੀ ਆ ਬਾਈ। ਬਹੁਤ ਵੱਡੀ ਮਾਰਕੀਟ ਆ, ਮਤਲਬ ਸਪੈਸ਼ਲ ਘੰਟਾ ਘਰ ਵਾਸਤੇ ਆਇਓ ਲੁਧਿਆਣੇ ਆਉਣ ਦੇ, ਕਿਉਂ ਆਰਾਮ ਜਿਹੇ ਨਾਲ ਦੇਖਿਆ ਜਾਂਦੀ ਆ ਉਰੇ ਮਾਰਕੀਟ। ਲਓ ਜੀ ਬਾਕੀ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਹੁੰਦੀਆਂ ਨੇ, ਸਕੰਜਮੀ ਜੂਸ ਵਗੈਰਾ ਵਾਲੀਆਂ। ਆਹ ਸੌਕਸ ਵਗੈਰਾ ਵੀ ਇੱਥੋਂ ਮਿਲ ਜਾਂਦੀਆਂ, ਜਿਵੇਂ ਬਾਬਾ ਜੀ ਬੈਗ ਵੇਚ ਰਹੇ ਨੇ, ਇਹ ਵੀ ਇੱਥੋਂ ਸਸਤੇ ਰੇਟ 'ਚ ਮਿਲ ਜਾਂਦੇ ਨੇ ਬੈਗ, ਹੈ ਨਾ। ਆਹ ਛੋਟੇ ਬੱਚਿਆਂ ਵਾਲੇ ਆ ਗਏ ਕੱਪੜੇ, ਲੋਹਰਾਂ ਛੋਟੇ ਬੱਚਿਆਂ ਦਾ ਸਮਾਨ ਬਹੁਤ ਵਧੀਆ, ਇੱਥੇ ਕੱਪੜੇ ਬਹੁਤ ਵਧੀਆ ਨੇ, ਛੋਟੇ ਬੱਚਿਆਂ ਦੇ ਤੁਸੀਂ ਲੈ ਕੇ ਜਾ ਸਕਦੇ ਹੋ, ਵੱਡਿਆਂ ਵਾਲੇ ਛੋਟਿਆਂ ਵਾਲੇ ਸਾਰਿਆਂ ਲਈ ਵਧੀਆ ਨੇ। ਆਹ ਲੋਹਰਾਂ ਦੇਖ ਸਕਦੇ ਹੋ, ਮੇਨ ਗੱਲ ਤਾਂ ਇਹ ਵੀ ਪ੍ਰਾਈਜ਼ ਘੱਟ ਆ। ਆਹ ਮਾਰਕੀਟ ਇੱਧਰ ਹੈਗੀ ਆ ਜਿਹੜੀ ਆਪਾਂ ਦਿਖਾਈ ਸੀ ਤੁਹਾਨੂੰ ਪਹਿਲਾਂ। ਹਾਂ ਬਾਈ ਸਕੰਜ ਵੀ ਬਣਾ ਰਿਹਾ ਜਿਵੇਂ, ਹੈ ਨਾ, ਐਵੇਂ ਬਹੁਤ ਸਾਰੇ ਹੁੰਦੇ ਨੇ ਇੱਥੇ ਖੜ੍ਹੇ। ਆਹ ਲੋਹਰਾਂ ਪਈਆਂ ਨੇ, ਲੋਹਰ ਪਈ ਉਰੇ। ਲਓ ਜੀ 100-100 ਰੁਪਏ 200-200 ਰੁਪਏ ਪ੍ਰਾਈਜ਼ ਹੈ ਇਹਨਾਂ ਦਾ। ਆਹ ਟੀ ਸ਼ਰਟਾਂ ਆ ਗਈਆਂ ਦੇਖੋ, ਲਓ ਆਹ ਲੋਹਰ ਦੇਖ ਸਕਦੇ ਹੋ, ਕੀ ਪ੍ਰਾਈਜ਼ ਆ ਬਈ ਲੋਹਰ ਦਾ? 150 ਰੁਪਏ 150 ਦੀ ਲੋਹਰ ਦੇਖ ਸਕਦੇ ਹੋ ਤੁਸੀਂ। ਲਓ ਜੀ ਗਰਮੀ ਵਾਲਾ ਕੱਪੜਾ ਇਹ ਸਾਰਾ, ਅਤੇ ਆ ਕੁਛ ਫੋਨਾਂ ਦਾ ਸਮਾਨ, ਹੈ ਨਾ, ਐਵੇਂ ਦਾ ਵੀ ਹੁੰਦਾ ਇੱਥੇ ਕਾਫੀ ਕੁਛ। ਲਓ ਜੀ ਬਾਕੀ ਆ ਟੈਡੀ ਬੀਅਰ ਵਾਲੀਆਂ ਦੁਕਾਨਾਂ, ਖਿਲੌਣੇ ਵਗੈਰਾ, ਹਰੇਕ ਤਰੀਕੇ ਦੀ ਦੁਕਾਨ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂ, ਬੈਲਟਾਂ ਵਗੈਰਾ ਹੋ ਗਈਆਂ, ਐਵੇਂ ਦਾ ਸਾਰਾ ਸਮਾਨ ਹੈਗਾ ਇੱਥੇ। ਬਾਕੀ ਉੱਪਰ ਕੱਪੜੇ ਬਹੁਤ ਸਾਰੇ ਡਿਸਪਲੇ ਕੀਤੇ ਹੋਏ ਨੇ ਇੱਥੇ, ਦੇਖ ਸਕਦੇ ਹੋ ਜਿਵੇਂ ਤੁਸੀਂ। ਲਓ ਜੀ ਆਹ ਵੀ ਕਾਫੀ ਵੱਡੀ ਦੁਕਾਨ ਆ, ਇਹਨਾਂ ਨੇ 150-150 ਰੁਪਏ ਲਾਇਆ ਹੋਇਆ ਰੇਟ, ਇੱਥੇ ਛੋਟਿਆਂ ਵਾਲੇ ਵੱਡਿਆਂ ਵਾਲੇ ਕੱਪੜੇ ਹੈਗੇ ਨੇ।
ਲਓ ਜੀ ਆਹ ਵੀ ਡੇਢ ਡੇਢ ਸੌ ਰੁਪਈਏ ਸਾਢੇ ਸਾਢੇ ਤਿੰਨ ਸੌ ਦੇ ਜੁੱਤੇ ਆਹ ਛੋਟੇ ਬੱਚਿਆਂ ਵਾਲੇ ਕੱਪੜੇ ਉੱਪਰ ਡਿਸਪਲੇ ਕੀਤੇ ਹੋਏ ਨੇ ਤਕਰੀਬਨ ਆਪਾਂ ਸਾਰੀ ਮਾਰਕੀਟ ਤੁਹਾਨੂੰ ਦਿਖਾ ਦਿੱਤੀ ਇਹ ਘੰਟਾ ਘਰ ਦੀ ਆਹ ਸਾਹਮਣੇ ਪੁਲ ਆ ਗਿਆ ਇੱਥੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀਗੀ ਆਪਦੀ ਸਾਹਮਣੇ ਆ ਪੁਲ ਕੋਲੋਂ ਅਤੇ ਇੱਥੇ ਆਪਾਂ ਦੁਬਾਰਾ ਫੇਰ ਆ ਗਏ ਮੁੜ ਕੇ ਹਾਂ ਕੱਪੜੇ ਦੇਖ ਸਕਦੇ ਹੋ ਇੱਥੇ ਵੀ ਬਹੁਤ ਦੁਕਾਨਾਂ ਨੇ ਕੱਪੜੇ ਵਾਲੀਆਂ ਫਰਾਕ ਸੂਟ ਵਗੈਰਾ ਕੁੜੀਆਂ ਵਾਲੇ ਲਓ ਜੀ ਆਹ ਵੀ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਆ ਗਿਆ ਇੱਧਰ ਕਲੋਕ ਟਾਵਰ ਸਾਹਮਣੇ ਅਤੇ ਇੱਥੋਂ ਹੀ ਇਹ ਮਾਰਕੀਟ ਆ ਜਿਹੜੀ ਸਾਰੀ ਸ਼ੁਰੂ ਹੁੰਦੀ ਹੈ ਹਾਂਜੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੁਧਿਆਣੇ ਦਾ ਚੌੜਾ ਬਾਜ਼ਾਰ ਆ ਜਿਹੜਾ ਦਿਖਾਇਆ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਵਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ